ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਮੈਂ ਸਾਰੀਆਂ ਸੰਗਤਾਂ ਨੂੰ, ਵੀਰਾਂ ਅਤੇ ਭੈਣਾਂ ਨੂੰ, ਸਾਰਿਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਵੀਰ ਸਾਰੇ, ਅਸੀਂ ਅੱਜ ਸਾਡੀ ਜਿਹੜੀ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ ਦਾ ਅਸੀਂ ਰਜਿਸਟਰ ਹੋ ਗਿਆ ਜੀ, ਉਹ ਅਸੀਂ ਅੱਜ ਉਹਨਾਂ ਦਾ ਆਗਾਜ਼ ਕਰਨ ਲੱਗੇ ਹਾਂ ਜੀ, ਸ਼ੁਰੂਆਤ ਕਰਨ ਲੱਗੇ ਹਾਂ ਜੀ। ਆਹ ਜਗ੍ਹਾ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਜੀ, ਇਹ ਖੇਤ ਆ ਜੀ, ਆਪਣਾ ਬਾਰਨਹਾੜੇ ਪਿੰਡ ਲੁਧਿਆਣੇ ਦੇ ਵਿੱਚ ਜੀ, ਹੰਬੜਾਂ ਰੋਡ ਦੇ ਉੱਪਰ। ਅਤੇ ਸਾਡੇ ਅੰਕਲ ਜੀ ਰੁਪਿੰਦਰ ਸਿੰਘ ਗਰੇਵਾਲ, ਜਿਹਨਾਂ ਦਾ ਬੇਟਾ ਵੀ ਸਾਡੇ ਨਾਲ ਸੇਵਾ ਕਰਵਾਉਂਦੇ ਆ, ਅਤੇ ਉਹਨਾਂ ਨੇ ਸਾਨੂੰ ਅੱਧਾ ਕਿੱਲਾ ਜਗ੍ਹਾ ਜਿਹੜੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ, ਇਹ ਸਾਨੂੰ ਸੁਸਾਇਟੀ ਨੂੰ ਉਹਨਾਂ ਨੇ ਦਿੱਤੀ ਆ ਜੀ ਦਾਨ ਕਰਨ ਵਾਸਤੇ। ਅਤੇ ਅਸੀਂ ਉਸ ਸੇਵਾ ਸੁਸਾਇਟੀ ਦੇ ਵਿੱਚ ਅੱਜ ਬਿਲਡਿੰਗ ਦਾ ਰੈਨੋਵੇਟ ਜੀ ਬਣੀ ਹੋਈ ਆ, ਥੋੜ੍ਹੀ ਬਿਲਡਿੰਗ ਕਾਫੀ ਇੱਥੇ ਰਹਿਣ ਦੀ ਖਾਤਰ ਬਜ਼ੁਰਗਾਂ ਦੇ, ਅਤੇ ਉਹਦੀ ਅੱਜ ਅਸੀਂ ਸਾਫ਼ ਸਫਾਈ ਕਰ ਰਹੇ ਹਾਂ ਜੀ, ਤਿਆਰੀ ਕਰ ਰਹੇ ਹਾਂ ਜੀ ਇੱਥੇ, ਕਿਉਂਕਿ ਅੱਗੇ ਸਰਦੀਆਂ ਆ ਰਹੀਆਂ ਜੀ, ਅਤੇ ਸਰਦੀਆਂ ਦੇ ਵਿੱਚ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੀ। ਹੁਣ ਇੱਕ ਸਾਡੇ ਕੋਲ ਇਸ ਟਾਈਮ 15-16 ਬਜ਼ੁਰਗ ਅਤੇ ਨੌਜਵਾਨ ਵੀਰ ਜਿਹੜੇ ਮੈਂਟਲੀ ਡਿਸੇਬਲ ਆ ਅਤੇ ਫਿਜ਼ੀਕਲੀ ਡਿਸੇਬਲ ਆ, ਉਹ ਰਹਿ ਰਹੇ ਆ ਜੀ, ਅਤੇ ਉਹਨਾਂ ਦਾ ਅਸੀਂ ਇਲਾਜ ਕਰਵਾ ਰਹੇ ਹਾਂ ਜੀ। ਅਤੇ ਅੱਗੇ ਹੋਰ ਵੀ ਬਹੁਤ ਵੀਰਾਂ ਦੇ ਸਾਨੂੰ ਫੋਨ ਆ ਰਿਹਾ, ਮੈਸੇਜ ਆ ਰਿਹਾ ਜਿਹੜੇ ਅਸੀਂ ਬਜ਼ੁਰਗਾਂ ਨੂੰ, ਬੰਦਿਆਂ ਨੂੰ ਲੈ ਕੇ ਆਉਣਾ ਚਾਹ ਕੇ, ਅਤੇ ਉਹਦੇ ਕਰਕੇ ਸਾਡੇ ਕੋਲ ਜਗ੍ਹਾ ਦੀ ਘਾਟ ਹੋਣ ਕਰਕੇ ਅਤੇ ਸਾਨੂੰ ਉੱਥੇ ਪ੍ਰੋਬਲਮ ਆਉਂਦੀ ਆ ਜੀ। ਗੁਰੂ ਮਹਾਰਾਜ ਨੇ ਬੜੀ ਵੱਡੀ ਸਾਡੇ 'ਤੇ ਕਿਰਪਾ ਕੀਤੀ ਆ ਵੀ ਅੰਕਲ ਜੀ ਜਿਹੜੇ ਸਾਡੇ ਰੁਪਿੰਦਰ ਸਿੰਘ ਗਰੇਵਾਲ ਜੀ, ਜਿਨ੍ਹਾਂ ਨੇ ਸਾਡੇ 'ਤੇ ਐਡਾ ਵੱਡਾ ਵਿਸ਼ਵਾਸ ਕੀਤਾ, ਸਾਨੂੰ ਆਹ ਜਗ੍ਹਾ ਇੰਨੀ ਅੱਧਾ ਕਿੱਲਾ ਜਗ੍ਹਾ ਦਿੱਤੀ ਹੈ ਜੀ ਸੰਸਥਾ ਨੂੰ, ਅਤੇ ਅਸੀਂ ਉਹਦੀ ਸਾਫ਼ ਸਫਾਈ ਕਰ ਰਹੇ ਹਾਂ। ਅਤੇ ਮੈਂ ਸਾਰੇ ਵੀਰਾਂ ਅਤੇ ਭੈਣਾਂ ਨੂੰ ਦੱਸਣਾ ਚਾਹੁੰਦਾ ਵਾਂ, ਅਤੇ ਬਈ ਅਸੀਂ ਹੁਣ ਸਾਡਾ ਸਹਿਯੋਗ ਦਿਓ ਜੀ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੀ, ਇਹਦੇ ਵਿੱਚ ਆਪਦਾ ਮਨ ਦਾ ਜਿਹੜਾ ਵੀ ਜਿੱਦਾਂ ਸਹਿਯੋਗ ਦੇ ਸਕਦੇ ਆ, ਜਿਹੜੇ ਰੇਟਾਂ ਦਾ ਸਹਿਯੋਗ ਦੇ ਸਕਦਾ, ਤਾਂ ਇਸ ਤਰ੍ਹਾਂ ਜੇ ਕੋਈ ਵੀਰ ਆਪਣਾ ਕੋਈ ਮਿਸਤਰੀ ਦਾ ਜਾਂ ਕੋਈ ਸੀਮੈਂਟ ਦਾ ਜਿਸ ਤਰ੍ਹਾਂ ਦੀ ਵੀ ਕੋਈ ਹੈਲਪ ਕਰ ਸਕਦਾ, ਸਾਡੀ ਹੈਲਪ ਕਰੋ ਜੀ। ਇਸ ਸੰਸਥਾ ਦੀ ਹੈਲਪ ਕਰਨ ਦਾ ਮਤਲਬ ਹੈ ਜੀ ਮਨੁੱਖਤਾ ਦੀ ਸੇਵਾ ਕਰਨਾ, ਜੋ ਕਿ ਸਾਡੇ ਨਾਲ ਬਹੁਤ ਵੀਰ ਅੱਗੇ ਵੀ ਸਾਡੀ ਮਦਦ ਕਰਦੇ ਆ, ਫਿਜ਼ੀਕਲੀ ਵੀ ਹੈਲਪ ਕਰਨ ਆਉਂਦੇ ਆ ਬਹੁਤ ਵੀਰ, ਜਿਹੜਾ ਬੰਦਾ ਫਿਜ਼ੀਕਲੀ ਹੈਲਪ ਕਰ ਸਕਦਾ ਸਾਡੇ ਨਾਲ ਆ ਕੇ ਮਦਦ ਕਰਾ ਸਕਦਾ ਜੀ, ਉਹ ਵੀ ਆ ਕੇ ਕਰਵਾਉਣ ਜੀ। ਸਾਫ਼ ਸਫਾਈ ਚੱਲ ਰਹੀ ਆ, ਸਾਡੇ ਨਾਲ ਮੁੰਡੇ ਨੌਜਵਾਨ ਵੀਰ ਕਾਫ਼ੀ ਸਾਡੇ ਕੋਲ ਆਏ ਹੋਏ ਆ ਜੀ, ਸੇਵਾ ਕਰਵਾ ਰਹੇ ਆ ਸਾਡੇ ਨਾਲ ਅੱਜ। ਅਤੇ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਅਤੇ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਜੀ ਵੀ ਜੋ ਵੀ ਸਹਿਯੋਗ ਦੇ ਸਕਦੇ ਹੋ ਸਹਿਯੋਗ ਦਿਓ ਜੀ, ਕਿਉਂਕਿ ਸਾਡੇ ਕੋਲ ਥੋੜ੍ਹੀ ਬਿਲਡਿੰਗ ਬਣੀ ਵੀ ਹੋਈ ਹੈਗੀ ਆ ਜੀ, ਇਹਦੇ 3-4 ਕਮਰੇ ਅਸੀਂ ਤਿਆਰ ਕਰ ਲੈਣੇ ਪਾਰਟੀਸ਼ਨਾਂ ਕਰਕੇ, ਅਤੇ ਬਾਕੀ ਹੋਰ ਅੱਗੇ ਜਿੱਦਾਂ ਵੀ ਜਿੱਦਾਂ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ, ਅਤੇ ਅਸੀਂ ਇਹਨੂੰ ਅੱਗੇ ਵਧਾਈ ਚੱਲਾਂਗੇ, ਬਣਾਈ ਚੱਲਾਂਗੇ ਜੀ। ਫਿਲਹਾਲ ਸਾਡੇ ਕੋਲ ਜਿੰਨਾ ਕੁ ਬਜਟ ਆ ਅਸੀਂ ਇਹਦੇ ਆਲੇ ਦੁਆਲੇ ਚਾਰ ਦੀਵਾਰੀ